ਆ ਸਾਡੇ ਇੰਨੇ ਮੈਂਬਰ ਰੋਟੀ ਖਾਣ ਵਾਲੇ ਪਏ ਆ, ਆ ਪਲੇਟਾਂ ਇੱਥੇ ਪਈਆਂ, ਨਾ ਉੱਥੇ ਮਟਨ ਆ, ਉੱਤੋਂ ਤਵੇ ਵੀ ਇਹਨਾਂ ਚੁਕਾਤੇ ਆ ਸਾਰੇ, ਹੈਂ ਆਪਣਾ ਉਹਦੇ ਮਟਨ ਟਿੱਕਾ ਤੇ ਸਾਰਾ ਬਰੇਨ ਚੁੱਕਤਾ ਇਹਨਾਂ ਨੇ, ਰੋਟੀ ਬਿਲਕੁਲ ਥੋੜ੍ਹੀ ਰਹਿ ਗਈ ਆ। ਲੋਕ ਰੋਟੀ ਮੰਗਣ ਦੇ ਆ ਅਤੇ ਇਹ ਸਬਜ਼ੀਆਂ ਨਹੀਂ ਲੈ ਕੇ ਆਉਂਦੇ, ਇਕੱਲੀ ਤਰੀ ਜੇ ਇੱਥੇ, ਇੰਨਾ ਸ਼ਰਮ ਲਾਈ। ਇਹ ਜੇ ਕੈਟਰ ਆ ਬਿਲਕੁਲ, ਆ ਵੀਰ ਜੀ ਤਰੀ ਰਹਿ ਗਈ ਜੇ, ਕੁਛ ਨਹੀਂ ਜੇ ਹੈਗਾ ਵਿੱਚ। ਆਹ ਤਵੇ ਵੀ ਇਹਨਾਂ ਬੰਦ ਕਰਤੇ ਆ, ਇਹਦੇ ਨਾਲ ਦੋ ਹੋਰ ਤਵੇ ਸੀ। ਆਹ ਇਹਨਾਂ ਨੇ ਛੱਡਿਆ ਜੇ 100 ਬੰਦੇ ਦੀ ਰੋਟੀ ਮਗਰ ਚਿਕਨ। ਸਤਿ ਸ਼੍ਰੀ ਅਕਾਲ ਭਾਅ ਜੀ, ਮੇਰਾ ਨਾਮ ਸਵਰਾਜ ਸਿੰਘ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਵੀਰ ਜੀ। ਮੈਂ ਆਪਣੀ ਸਿਸਟਰ ਦੀ ਮੈਰਿਜ ਇਹਨਾਂ ਦੇ ਪੈਲਸ ਦੇ ਵਿੱਚ ਕੀਤੀ ਭਾਅ ਜੀ। ਇਹ ਵੈਸਟਰਨ ਪੈਲਸ ਆ ਵੀਰ ਜੀ, ਇਹਨਾਂ ਨੇ ਫੈਸਟਨ ਵਿਲਾ ਪੈਲਸ ਵੀਰ ਜੀ, ਇਹਨਾਂ ਨੇ ਵੀਰ ਜੀ ਇੰਨਾ ਮਾੜਾ ਫੰਕਸ਼ਨ ਕੀਤਾ। ਸਭ ਤੋਂ ਪਹਿਲਾਂ ਵੀਰ ਜੀ ਅਸੀਂ 10:30 ਇਹ ਕਹਿੰਦੇ ਸੀ ਤੁਹਾਡਾ ਸਾਰਾ ਕੁਛ ਜੋ ਵੀ ਸਨੈਕਸ ਵਗੈਰਾ ਤੋਂ ਲੈ ਕੇ ਸਟਾਲ ਵਗੈਰਾ ਰੈਡੀ ਹੋਣਗੇ ਸਾਡੇ ਨਾਲ। ਵੀਰ ਜੀ ਇਹਨਾਂ ਨੇ 10 ਸਟਾਲਾਂ ਦਾ ਸਾਡੇ ਨਾਲ ਐਗਰੀਮੈਂਟ ਇਹਨਾਂ ਨੇ ਸਾਈਨ ਕੀਤਾ, ਜਿਹਦੇ ਵਿੱਚੋਂ ਵੀਰ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਲਾਏ 4 ਸਟਾਲ, ਠੀਕ ਹੈ। ਉਹ ਤੋਂ ਬਾਅਦ ਵੀਰ ਜੀ ਮੈਂ ਖੁਦ ਇੱਥੇ 12:30 ਵੀਰ ਜੀ ਮੈਂ ਇੱਥੇ ਆਇਆ। 10:30 ਮੇਰੇ ਫੈਮਿਲੀ ਮੈਂਬਰ ਆਏ, ਉਦੋਂ ਇਹਨਾਂ ਨੇ ਕੁਛ ਨਹੀਂ ਸਟਾਰਟ ਕੀਤਾ। 12:30 ਆ ਕੇ ਇਹਨਾਂ ਨੂੰ ਮੈਂ ਕਹਿ ਕੇ ਚਾਲੂ ਕਰਾਇਆ, ਮੈਂ ਕਿਹਾ ਇੰਨੇ ਬੰਦੇ ਬਾਹਰ ਬੈਠੇ ਆ, ਤੁਸੀਂ ਕੁਛ ਤਾਂ ਚਾਲੂ ਕਰੋ, ਸਟਾਲ ਚਾਲੂ ਕਰੋ। ਇਹ ਕਹੀ ਜਾਣ ਤੁਹਾਡਾ ਅੰਦਰ ਸਨੈਕਸ ਲੱਗਾ, ਇਹ ਲੱਗਾ ਵੋ ਲੱਗਾ, ਭਾਅ ਜੀ ਇੰਨਾ ਇਹਨਾਂ ਨੇ ਸਾਨੂੰ ਖਰਾਬ ਕੀਤਾ। ਪੇਮੈਂਟ ਇਹਨਾਂ ਨੇ ਜੇ ਇਹਨਾਂ ਨੇ 2400 ਰੁਪਇਆ ਥਾਲੀ ਕਹੀ ਤਾਂ 2400 ਰੁਪਇਆ ਥਾਲੀ ਦੇ ਨਾਲ ਇਹਨਾਂ ਨੂੰ ਪੇਮੈਂਟ ਦਿੱਤੀ, ਠੀਕ ਹੈ। ਹਰ ਇੱਕ ਚੀਜ਼ ਇਹਨਾਂ ਦੇ ਕਹਿਣ ਦੇ ਉੱਤੇ ਚੱਲੇ, ਠੀਕ ਹੈ। ਉਹ ਤੋਂ ਬਾਅਦ ਭਾਅ ਜੀ ਇਹਨਾਂ ਨੇ ਵੇਖੋ ਜਦੋਂ ਰੋਟੀ ਵੇਲੇ ਇਹਨਾਂ ਨੇ ਭਾਅ ਜੀ ਇੰਨਾ ਸਾਨੂੰ ਖਰਾਬ ਕੀਤਾ ਵੀਰ ਜੀ। ਬਕਾਇਆ ਸਾਡੇ ਕੋਲ ਵੀਡੀਓ ਆ, ਸਾਡੀਆਂ 100 ਤੋਂ ਉੱਤੇ ਥਾਲੀਆਂ ਸਾਡੀਆਂ ਵੀਰ ਜੀ, ਮਗਰ ਉਹਦੇ ਵਿੱਚ ਪਈਆਂ ਸੀ ਆਪਣਾ ਸਟਾਲ ਦੇ ਉੱਤੇ ਲੱਗੀਆਂ 100 ਤੋਂ ਉੱਤੇ ਥਾਲੀਆਂ। ਸਾਡਾ ਘੱਟੋ ਘੱਟ 100-150 ਬੰਦਾ ਵੀਰ ਜੀ ਸਾਡਾ ਉੱਦਾਂ ਰੋਟੀ ਖਾਣ ਤੋਂ ਬਗੈਰ ਹੀ ਚੱਲ ਗਿਆ। ਨੋਨ ਵੈਜ ਦੇ ਵਿੱਚ ਨਾ ਭਾਅ ਜੀ ਮਟਨ ਦੀ ਤਰੀ ਦੇ ਵਿੱਚ ਮਟਨ ਹੈ ਹੀ ਨਹੀਂ ਆ, ਨਾ ਵਿੱਚ ਭਾਅ ਜੀ ਫੁਲਕੇ, ਘੰਟਾ ਅੱਧਾ ਅੱਧਾ ਘੰਟਾ ਇਹਨਾਂ ਦੇ ਫੁਲਕੇ ਹੀ ਨਹੀਂ ਆਏ। ਉਹ ਤੋਂ ਬਾਅਦ ਨਾ ਆਉਣਾ ਇਹ ਨਾ ਕੁਛ ਹੈ, ਬਕਾਇਆ ਦਾ ਸਾਡੇ ਕੋਲ ਹਰ ਇੱਕ ਵੀਡੀਓ ਬਣੀ ਆ, ਇਹ ਪ੍ਰੂਫ ਦੇ ਤੌਰ 'ਤੇ ਨਾਲ ਲਾਵਾਂਗੇ। ਇਹਨਾਂ ਵੀਰ ਜੀ ਇਹਨਾਂ ਨੇ ਇੰਨਾ ਸਾਨੂੰ ਖਰਾਬ ਕੀਤਾ। ਇੱਕ ਵਿਆਹ ਹੁੰਦਾ ਜਿਹੜਾ ਬੰਦੇ ਦਾ ਜ਼ਿੰਦਗੀ 'ਚ ਇੱਕ ਹੀ ਹੋਣਾ, ਇਹ ਕਿਹੜਾ ਵਾਰ ਵਾਰ ਹੋਣਾ। ਇਹਨਾਂ ਨੇ ਭਾਅ ਜੀ ਇੰਨਾ ਜ਼ਿਆਦਾ ਬੇਇੱਜ਼ਤੀ ਕਰਾ ਕੇ ਰੱਖਤੀ ਨਾ ਇਸ ਬੰਦਿਆਂ ਨੇ। ਇਹ ਸਭ ਤੋਂ ਗੰਦਾ ਮੈਨੇਜਰ ਇਹਨਾਂ ਦਾ, ਚੋਰ, ਮੈਂ ਉਹਨੂੰ ਮੂੰਹ 'ਤੇ ਕਹਿੰਦਾ ਮੈਨੇਜਰ ਚੋਰ ਹੈ ਇਹਨਾਂ ਦਾ। ਮੈਂ ਕਹਿੰਦਾ ਜ਼ਿੰਦਗੀ 'ਚ ਇਹਨਾਂ ਦੇ ਪੈਲਸ ਆ ਗਏ ਵੀਰ ਜੀ, ਕਦੀ ਕੋਈ ਕੰਮ ਨਾ ਕਰਾਇਓ, ਠੀਕ ਹੈ। ਉਹ ਤੋਂ ਬਾਅਦ ਵੇਖੋ, ਉਹ ਤੋਂ ਬਾਅਦ ਸਾਡੇ 'ਤੇ ਐਲੀਗੇਸ਼ਨ ਲਗਾ ਰਿਹਾ, ਤੁਸੀਂ ਲੇਡੀਜ਼ ਨੂੰ ਆ ਕੇ ਵੱਧ ਘੱਟ ਬੋਲੇ, ਇਹਨਾਂ ਨੇ ਕੋਈ ਮੈਨੇਜਰ ਰੱਖੀ ਹੈ। ਉਹਨੂੰ ਸਿਰਫ ਇਹੀ ਕਿਹਾ ਆਪਣਾ ਮੈਨੇਜਰ ਭੇਜ, ਸਾਨੂੰ ਇਹ ਕਹਿ ਕੇ ਗਿਆ ਮੈਨੇਜਰ ਮੈਂ ਭਾਅ ਜੀ 10 ਮਿੰਟ 'ਚ ਤੁਹਾਡਾ ਸਾਰਾ ਪ੍ਰਬੰਧ ਕਰਕੇ ਦਿੰਦਾ। 1.5 ਘੰਟਾ ਭਾਅ ਜੀ ਇਸ ਮੈਨੇਜਰ ਆਇਆ ਨਹੀਂ, ਠੀਕ ਹੈ। 1.5 ਘੰਟਾ ਦੱਸੋ ਕੋਈ ਪਲੇਟ ਫੜ ਕੇ ਖਲੋਂਦਾ, ਜੇ ਕੋਈ ਰੋਟੀ ਖਾਣ ਆਇਆ ਕਿ ਇਹਨੂੰ ਸੱਦਾ ਮਾਨ ਸਤਿਕਾਰ ਦੇ ਨਾਲ, ਕੋਈ 1.5 ਘੰਟਾ ਤੁਸੀਂ ਆਪ ਸਿਆਣੇ ਜੇ ਕੋਈ ਰੋਟੀ ਦੀ ਪਲੇਟ ਫੜ ਕੇ ਖਲੋਏਗਾ, ਸਾਰੇ ਜਣੇ ਰੋਟੀਆਂ ਦੀ ਪਲੇਟਾਂ ਉਦੇ ਰੱਖ ਕੇ ਚੱਲ ਗਏ, ਠੀਕ ਹੈ। ਇੰਨਾ ਭਾਅ ਜੀ ਇਹਨਾਂ ਨੇ ਗਰਕ ਕੰਮ ਕੀਤਾ। ਉਹ ਤੋਂ ਬਾਅਦ ਇਹਨਾਂ ਦੇ ਮਿੱਠੇ ਦੇ ਵਿੱਚ ਵੇਖ ਲਓ, ਸੁੰਡੀਆਂ ਨਿਕਲੀਆਂ, ਕੀੜੀਆਂ ਨਿਕਲੀਆਂ ਇਹਨਾਂ ਦੇ ਗੁਲਾਬ ਜਾਮਾਂ 'ਚ, ਬਕਾਇਦਾ ਉਹ ਵੀ ਵੀਡੀਓ ਅਸੀਂ ਬਣਾਈ, ਠੀਕ ਆ। ਇਹ ਵੀਰ ਜੀ ਇਹਨਾਂ ਨੇ ਇੰਨਾ ਮਾੜਾ ਕੰਮ ਕੀਤਾ ਭਾਅ ਜੀ, ਪੈਸੇ ਇਹਨਾਂ ਨੇ 5-star ਦੇ ਲਏ ਅਤੇ ਕੰਮ ਇਹਨਾਂ ਨੇ 0 ਲੈਵਲ ਦਾ ਕੀਤਾ। ਮੇਰੀ ਇੱਕੋ ਬੇਨਤੀ ਆ ਇਹਨਾਂ ਦੇ ਪੈਲ ਸਕੇ, ਨਾ ਕੋਈ ਅੱਜ ਤੋਂ ਬਾਅਦ ਆਓ, ਨਾ ਕੋਈ ਇਹਨਾਂ ਕੋਲ ਫੰਕਸ਼ਨ ਕਰੋ, ਠੀਕ ਆ। ਮੈਨੇਜਰ ਸਾਨੂੰ ਕਹਿ ਰਿਹਾ ਭਾਅ ਜੀ 10 ਮਿੰਟ 'ਚ ਖਾਣਾ ਆ ਗਿਆ, ਠੀਕ ਆ, ਅਤੇ 10 ਮਿੰਟ ਡੀਕਦਿਆਂ ਭਾਅ ਜੀ 1.5 ਘੰਟਾ ਹੋ ਗਿਆ ਬਕਾਇਦਾ ਸਾਡੇ ਕੋਲ ਵੀਡੀਓ। ਐਪਲ ਦਾ ਫੋਨ ਹੈ, ਝੂਠ ਤਾਂ ਨਹੀਂ ਬੋਲਦਾ ਥੱਲਿਓ, ਠੀਕ ਹੈ। ਵੀਡੀਓ ਦੀ ਟਾਈਮਿੰਗ ਆ ਜਾਣੀ ਹੈ 5 ਵਜੇ ਦੇ ਕਰੀਬ, ਟਾਈਮਿੰਗ ਆ ਵੀਡੀਓ ਦੀ 5 ਵਜੇ ਦੇ ਲੱਗ ਗਈ, ਸਾਰੀ ਵੀਡੀਓ ਬਣਾਈ, 100 ਤੋਂ 1 ਪਲੇਟ ਸਾਡੀ ਪਈ ਉੱਥੇ ਉੱਦਾਂ ਹੀ। ਉਸ ਤੋਂ ਬਾਅਦ ਜਦੋਂ ਖਾਣਾ ਭਾਅ ਜੀ 1.5 ਘੰਟਾ ਖਾਣਾ ਹੀ ਨਹੀਂ ਆਇਆ। ਤੁਸੀਂ ਆਪ ਸਿਆਣੇ ਲੋਕਾਂ ਨੇ ਐਡੀ ਦੂਰੋਂ ਆਏ ਆ, ਸਾਰੇ ਰਿਸ਼ਤੇਦਾਰ ਕਈ ਰਹੀਓ ਆਇਆ, ਕੋਈ ਪੱਟੀ ਹੋਇਆ, ਹਰ ਕਿਸੇ ਨੇ ਜਾਣਾ। ਹਾਂਜੀ ਭਾਅ ਜੀ, ਸਾਡੀ ਮੰਗ ਇਹ ਆ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਅਸੀਂ ਕਾਰਵਾਈ ਕਰਾਉਣੀ ਜੇ। ਇਹ ਭਾਅ ਜੀ ਇੱਕ ਹਿਸਾਬ ਦੇ ਚੋਰ ਬੰਦੇ ਜੇ, ਇਹਨਾਂ ਕੋਲ ਨਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਫੰਕਸ਼ਨ ਕਰਾਵੇ ਅਤੇ ਨਾ ਕੋਈ ਇਹਨਾਂ ਕੋਲ ਆਵੇ, ਠੀਕ ਆ। ਇੱਕ ਭੈਣ ਦਾ ਵਿਆਹ ਹੋਣ ਕਰਕੇ ਇੰਨੀ ਬੇਇੱਜ਼ਤੀ ਸਾਡੀ ਹੋਈ ਆ ਇਸ ਇਹਨਾਂ ਦੇ ਪੈਲਸ ਕਰਕੇ। ਇਹ ਤੋਂ ਚੰਗਾ ਅਸੀਂ 1000 ਗੁਣਾ ਚੰਗੇ ਹੋਰ ਕਿਤੇ ਕਰਾ ਲੈਂਦੇ ਅਤੇ ਅਸੀਂ ਚੰਗੇ ਰਹਿਣੇ। ਇਹਨੇ ਸਾਨੂੰ 2400 ਰੁਪਇਆ ਪਲੇਟ ਕਹੀ, ਇਹਨੂੰ 2400 ਰੁਪਇਆ ਪਲੇਟ ਦਿੱਤੀ, 18% ਇਹਨੂੰ GST ਦਿੱਤੀ, ਉਹਦਾ ਇਹਨਾਂ ਨੂੰ ਬਿੱਲ ਦੇਣਾ, ਠੀਕ ਆ। ਉਸ ਤੋਂ ਬਾਅਦ ਵੀਰ ਜੀ ਉੱਤੋਂ ਇਹਨੇ 2000 ਰੁਪਇਆ ਤੁਹਾਡੇ ਕੋਲ GST ਕੱਟਣ ਦਾ ਐਕਸਟਰਾ ਲਿਆ, ਰੁਪਈਆ ਇਹਨੂੰ 8 ਲੱਖ ਰੁਪਇਆ ਭਾਅ ਜੀ ਇਹਨੂੰ ਅਸੀਂ ਪੈਲਸ ਦਾ ਦਿੱਤਾ। ਹੁਣ ਪੇਮੈਂਟ ਹੋ ਚੁੱਕੀ ਪੂਰੀ ਭਾਅ ਜੀ? ਪੇਮੈਂਟ ਹੋ ਚੁੱਕੀ, ਉਸ ਤੋਂ ਬਾਅਦ ਰੌਲਾ, ਪੇਮੈਂਟ ਹੋ ਚੁੱਕੀ, ਪੇਮੈਂਟ ਤੋਂ ਬਾਅਦ ਰੌਲਾ ਪਿਆ, ਸਮਾਨ ਹੀ ਨਹੀਂ ਪੂਰਾ ਆਇਆ, ਸਾਰੀ ਜਿੰਨੇ ਸਾਡੇ ਰਿਸ਼ਤੇਦਾਰ ਆਏ ਜੋ ਆਇਆ ਹਰ ਇੱਕ ਜਾਣਾ ਭੁੱਖਾ ਹੀ ਗਿਆ, ਠੀਕ ਆ। ਭਾਅ ਜੀ ਬੇਨਤੀ ਕਹੋ ਅੱਜ ਤੋਂ ਬਾਅਦ ਇਸ ਬੰਦੇ ਕੋ ਕੈਟਰਿੰਗ ਨਾ ਕਰਾਇਓ ਇਸ ਪੈਲਸ ਵਾਲਿਆਂ ਕੋ, 0 ਇਹਨਾਂ ਦਾ ਕੰਮ ਜੇ। ਇਹ ਨਾਲੋਂ ਚੰਗਾ ਮੇਰਾ ਵੀਰ ਹੋਰ ਕਿਤੇ ਚੱਲ ਜਾਓ, ਰੋਜ਼ ਦਿਹਾੜੀ ਵਿਆਹ ਨਹੀਂ ਹੁੰਦੇ ਭੈਣਾਂ ਦੇ, ਠੀਕ ਆ, ਨਾ ਹੀ ਵਾਰ ਵਾਰ ਇੱਜ਼ਤ ਵਾਪਸ ਆਉਂਦੀ ਹੈ। ਚਲੋ ਸਾਡੀ ਜਿਹੜੀ ਬੇਇੱਜ਼ਤੀ ਹੋਣੀ ਸਾਨੂੰ 112 ਆਪਣਾ ਨਾਮ ਦੱਸ ਦਿੰਦੇ ਕਿਹੜੀ ਜਗ੍ਹਾ? ਇਹ ਐਸ ਆਈ ਰਾਜਵਿੰਦਰ ਸਿੰਘ ਜੀ, 112 ਤੋਂ ਹੀ ਆਏ ਜੀ। ਕੀ ਮਸਲਾ ਜਿਹੜਾ ਜੀ ਵੈਸਟਰਨ ਇੰਡੀਅਨ ਹੋਟਲ ਦੇ ਵਿੱਚ? ਅੱਜ ਇਹਨਾਂ ਨੇ ਸਾਨੂੰ ਕੰਪਲੇਂਟ ਕੀਤੀ ਵੀ ਇੱਥੇ ਝਗੜਾ ਕਰ ਰਹੇ ਆ ਡਰਿੰਕ ਕਰਕੇ ਜੀ। ਉਹਦੀ ਕੰਪਲੇਂਟ ਇੱਕ ਲੇਡੀਜ਼ ਨੇ ਕੀਤੀ ਹੈ ਜੀ। ਲੇਡੀਜ਼ ਦੇ ਕੰਪਲੇਂਟ ਦੇ ਕਹਿਣ 'ਤੇ ਵੀ ਸਾਨੂੰ ਗਾਲੀ ਗਲੋਚ ਕੀਤਾ ਵਾ ਅਤੇ ਮੇਰਾ ਨਾਮ ਮਿਸਬਿਹੇਵ ਕੀਤਾ।
मेरे वो पूरा लवाया गया वा जो भी इन्हें कहा मैं पूरा कुछ दिता वा तो पेमेंट का रौला सिर्फ इन्हों का जी वो पेमेंट पूरी नहीं की कहते करती पूरी जी तो मैनेजर साहब कहते भी नहीं की थाने का टाइम दिता उन्हें आप इन्होंने थाने जाके एस एच ओ साहब मिला देने हाँ जी मेरा नाम सिमरजीत कौर असी गुरु नानकपुर शहीद साहब के कोल रहने अपनी बेटी की मैरिज करने लिए वाला रिजोर्ट बुक करवाया जी वैसटर्न विला जिन्हों गोल्डन वैसटर्न विला के नाम सारे कहेंगे अं तारीफ तो बहुत सुनी ही बट अं अज खुद हैंडल किया देखिया जो साढ़े सारे गैसट नाराज़ होकर गए हैं अं इलावा तो बाद वापस आए हाँ आंदियां सारे यो कह रहे थे कि सानू रोटी नहीं खाने को मिली सानू आ चीज़ नहीं मिली पानी तक नहीं पूछा गया असी 400 to 500 गैदरिंग साड़ी घट सी इन्नी ज्यादा नहीं सी मे बी 380 तक इन्नी 400 दे अराउंड सी साड़ी गैदरिंग बहुत ही नहीं सी ठीक है फिर भी साढ़े नाल धोखा होया इत्थे साढ़े सारे गैसट नाराज़ होके गए आ बेटी नूं पुछो इन्हें चांप खाधी तो चांप कच्ची एक पीस खाधा इन्हें सुट दिता ऐ कहिंदी मेरे बच्चे रोन दे आ भुखे गए घर जदों मैनेजर नाल होटल वाले नाल गल हुई उन्होंने की स्पष्टीकरण दिता इस बारे की उन्होंने व्यू सा कोई सामने नहीं आ रहा कोई अही हुण दसो की लेडीज़ कहिए तुहानू हुण अही तो जेंट्स नाल बहस नहीं सकते अही तो सब लेडीज़ को यही सुनिया कि अही भुखे बैठे हाँ मेरे खुद हुणे मदर इन लॉ सिस्टर इन लॉ लामा तो बाद असी आए हूँ डोली तोड़नी ही तो बैठे साइड से मैं क्या खाली रोटी कहते सानू मिलिया ही नहीं कुछ मैंने इन्ना ज़्यादा ऑड फील होया मैं बच्चों को क्या उन्होंने खवाया ही नहीं कुछ मांग यही करते हैं कि इन्होंने नजायज़ साढ़े को पेमेंट ली ही है वो साड़ी वापस करन जिस तरह भी हाँ तो हूँ वेखो सोच समझ के करावे कि धियां वाले लिए तो यही होंगी है टोर ही होंगी है कि साढ़े बच्चे का वधिया फंक्शन हो सारे खुश हो के जान ये थोड़ा कि हम सारी उम्र लिए याद रखन कि उत्थे आपां नूं कुछ भी नहीं मिलिया खाने बस ठीक हाँ जी ओके हाँ जी मैं सर अपना नाम दस मेरा नाम नवल किशोर है जी मैं वैसटर्न विला का मैनेजर हाँ की मसला आया जी मसला अजिहा होया कि इत्थे साढ़े फंक्शन सीगा सिद्धार्थ तजिंदर सिंह होना का इन्होंने सवेर का साड़ा ब्रेकफास्ट जिहड़ा हुंदा 10 बजे की तैयारी हुंदी है इन्हों का कोई मैनेजर आया उन्हें 12:30 आके कहा कि मैंने नाश्ता जोड़ा मतलब डिले करी गया मैं उन्हें कहा नाश्ता लवाओ उन्हें नहीं लवाया 11:30 to 12:15 नाश्ता चालू होया जिद 100 बंदा राती बार बैठा है असी क्या नाश्ता मैं चालू कराया तो यह साढ़े गल पे ने कि क्यों तुम साढ़े पुछे बिना कराया सो एक बरातियों वालों जो दोष लगाया है रोटी देखो ब्लेम साढ़े आ जाता कि इन्होंने रोटी नहीं लाई वो ब्लेम साढ़े आना ही वेरी नैक्सट इन की बरात आई है चलो ये फेरे कर चले गए ने आए ने इना दा खाना लगा वो सारा खाना लग गया सारे तुम देखो एक सवेर का 10 बजे के पैलेस तो चालू होया एक दोपहर का खाना 2-3 वध बज सकते 4 बजे नाश्ता खत्म करते पे ने 4:30 तो लैके हूँ तक इन्हों का प्रोग्राम खत्म होया जे इस दौरान ये साढ़े गल पैन डे सिर्फ पेमेंट पक्षों दफ्तर जाके साडे लड़की है प्रियंका उन्हूं गाला कढ़िया मामा भैणे ने मेरे गल पैण दे होए ने मतलब शराब पी के अगर ये मतलब इस तरह के लोग करन ते मैनूं दसो कि उसे असीं की करिए असीं इन्हां नाल झगड़े नहीं कोई मूहों कोई लफ्ज़ नहीं इहो जिहा कहा कि जिहने किसे दी शान दे खिलाफ होवे नहीं हाली कोई सहमति होई नहीं जी बाकी साहब आए ने 112 दी रिपोर्ट गई है वो देखते दे की फैसला होंगे नाश्ते तो पहले नहीं खाने तो पहले शाम 4:00 112